ਪਲੱਸ ਐਂਟਰਟੇਨਮੈਂਟ ਦੇ ਨਵੇਂ ਨਵੇਂ ਵੀਡੀਓਜ਼ ਦੇਖਣ ਲਈ ਪਲੱਸ ਐਂਟਰਟੇਨਮੈਂਟ ਦਾ ਅਫੀਸ਼ੀਅਲ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ। ਹੈਲੋ ਐਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹਾਂ ਲਾਲਿਮਾ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਫੇਵਰਿਟ ਸ਼ੋਅ ਸਨੈਪ ਸਟੋਰੀਜ਼। ਆਈ ਨੋ ਤੁਸੀਂ ਵੀ ਐਕਸਾਈਟਿਡ ਹੋ ਫੇਮਸ ਸੈਲੀਬ੍ਰਿਟੀਜ਼ ਦੀ ਐਕਸਕਲੂਸਿਵ ਐਂਡ ਹੈਪਨਿੰਗ ਸਨੈਪ ਸਟੋਰੀਜ਼ ਵੇਖਣ ਦੇ ਲਈ। ਵੈਲ, ਜ਼ਿਆਦਾ ਵੇਟ ਨਾ ਕਰਦੇ ਹੋਏ ਕਰਦੇ ਹਾਂ ਸ਼ੋਅ ਦੀ ਸ਼ੁਰੂਆਤ। ਪੰਜਾਬੀ ਇੰਡਸਟਰੀ ਦੇ ਵਿੱਚ ਕਲਾਕਾਰ ਆਪਣੀ ਫਿਟਨੈਸ ਨੂੰ ਲੈ ਕੇ ਕਾਫੀ ਸੀਰੀਅਸ ਰਹਿੰਦੇ ਨੇ। ਫਿਟਨੈਸ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਪਰਮੀਸ਼ ਵਰਮਾ ਦਾ। ਪਰਮੀਸ਼ ਨੇ ਆਪਣੀ ਸਨੈਪ ਸਟੋਰੀ ਦੇ ਥਰੂ ਆਪਣੀ ਜਿਮਿੰਗ ਸੈਸ਼ਨ ਦੇ ਗਲਿੰਪਸਿਸ ਸ਼ੇਅਰ ਕੀਤੀਆਂ ਨੇ। ਪਰਮੀਸ਼ ਵਰਮਾ ਦੀ ਗੱਲ ਹੋ ਹੀ ਰਹੀ ਹੈ ਤਾਂ ਉਹਨਾਂ ਦੇ ਬੈਸਟ ਫਰੈਂਡ ਸ਼ੈਰੀ ਮਾਨ ਦੀ ਗੱਲ ਵੀ ਕਰ ਹੀ ਲੈਂਦੇ ਹਾਂ। ਸ਼ੈਰੀ ਮਾਨ ਦੇ ਫਿਟਨੈਸ ਟ੍ਰੇਨਰ ਨੇ ਉਹਨਾਂ ਦੇ ਟ੍ਰੈਡਮਿਲ ਉੱਤੇ ਐਕਸਰਸਾਈਜ਼ ਕਰਦਿਆਂ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਸਨੈਪ ਸਟੋਰੀ ਵਿੱਚ ਸ਼ੈਰੀ ਮਾਨ ਕਾਫੀ ਖੁਸ਼ ਵੀ ਨਜ਼ਰ ਆ ਰਹੇ ਨੇ। ਨਿਮਰਤ ਖਹਿਰਾ ਦੇ ਸੌਂਗ ਸਾਰਿਆਂ ਨੂੰ ਆਉਂਦੇ ਨੇ ਬਹੁਤ ਪਸੰਦ। ਹਾਲ ਹੀ ਵਿੱਚ ਉਹਨਾਂ ਦਾ ਗਾਣਾ ਰਿਲੀਜ਼ ਹੋਇਆ ਲਹਿੰਗਾ, ਜਿਸ ਨੂੰ ਲੋਕਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ। ਇਸ ਗਾਣੇ ਨੂੰ ਨਿਮਰਤ ਨੇ ਆਪਣੀ ਆਵਾਜ਼ ਦੇ ਵਿੱਚ ਗਾ ਕੇ ਆਪਣੀ ਸਨੈਪ ਸਟੋਰੀ ਦੇ ਥਰੂ ਆਪਣੇ ਫੈਨਸ ਦੇ ਨਾਲ ਕੀਤਾ ਹੈ ਸ਼ੇਅਰ। ਜੈਸੀ ਵੀ ਆਪਣੇ ਗਾਣਿਆਂ ਰਾਹੀਂ ਸਭ ਨੂੰ ਇੰਜੋਏ ਕਰਵਾਉਂਦੇ ਹੀ ਰਹਿੰਦੇ ਨੇ, ਪਰ ਉਹਨਾਂ ਦੀ ਸਨੈਪ ਸਟੋਰੀ ਵਿੱਚ ਉਹ ਇੱਕ ਬੱਚੇ ਨਾਲ ਆਪਣੇ ਸੌਂਗ ਉੱਡਣੇ ਸਪੋਲੀਓ ਉੱਤੇ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ। ਪੰਜਾਬੀ ਕਲਾਕਾਰ ਅਕਸਰ ਆਪਣੇ ਲਾਈਵ ਸ਼ੋਅ ਦੇ ਦੌਰਾਨ ਲਾਈਮ ਲਾਈਟ ਵਿੱਚ ਆ ਹੀ ਜਾਂਦੇ ਨੇ। ਗੱਲ ਕਰੀਏ ਹਿੰਮਤ ਸੰਧੂ ਦੀ ਤਾਂ ਉਹਨਾਂ ਨੇ ਇੱਕ ਸਨੈਪ ਸਟੋਰੀ ਸ਼ੇਅਰ ਕੀਤੀ ਹੈ ਜਿੱਥੇ ਉਹ ਬਾਪੂ ਜੀ ਨਾਲ ਜੰਮ ਕੇ ਨੱਚਦੇ ਹੋਏ ਨਜ਼ਰ ਆ ਰਹੇ ਨੇ। ਤੁਸੀਂ ਵੀ ਵੇਖੋ ਇਸ ਸਨੈਪ ਸਟੋਰੀ ਨੂੰ। ਸੋਸ਼ਲ ਮੀਡੀਆ ਉੱਤੇ ਹਮੇਸ਼ਾ ਐਕਟਿਵ ਰਹਿੰਦੀ ਹੈ। ਇਸ ਵਾਰ ਉਹਨਾਂ ਨੇ ਆਪਣੇ ਫੇਵਰਿਟ ਸੌਂਗ ਉੱਤੇ ਆਪਣੀ ਸਨੈਪ ਸਟੋਰੀ ਨੂੰ ਅਪਡੇਟ ਕੀਤਾ ਹੈ। ਜੱਸੀ ਗਿੱਲ ਇਸ ਸਮੇਂ ਆਪਣੀ ਫਿਲਮ ਪੰਗਾ ਦੀ ਪ੍ਰਮੋਸ਼ਨ ਵਿੱਚ ਬਿਜ਼ੀ ਨੇ। ਜੱਸੀ ਨੇ ਆਪਣੀ ਸਨੈਪ ਸਟੋਰੀ ਉੱਤੇ ਆਪਣੇ ਲਾਈਵ ਸ਼ੋਅ ਦੇ ਗਲਿੰਪਸਿਸ ਸ਼ੇਅਰ ਕੀਤੇ ਜਿੱਥੇ ਉਹਨਾਂ ਦੇ ਨਾਲ ਕੰਗਨਾ ਪੰਗਾ ਦੇ ਟਾਈਟਲ ਟਰੈਕ ਉੱਤੇ ਨੱਚਦੀ ਐਂਡ ਇੰਜੋਏ ਕਰਦੀ ਹੋਈ ਨਜ਼ਰ ਆਈ। ਨੇਹਾ ਕੱਕੜ ਇਸ ਸਮੇਂ ਆਪਣੇ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਨੂੰ ਜੱਜ ਕਰਨ ਵਿੱਚ ਖਾਸੀ ਬਿਜ਼ੀ ਹੈ। ਇਸੇ ਸ਼ੋਅ ਦੇ ਸੈੱਟ ਤੋਂ ਥੋੜਾ ਟਾਈਮ ਕੱਢ ਕੇ ਨੇਹਾ ਕੱਕੜ ਨੇ ਆਪਣੀ ਸਨੈਪ ਸਟੋਰੀ ਉੱਤੇ ਆਪਣੀ ਗ੍ਰੀਨ ਡਰੈਸ ਨੂੰ ਫਲੌਂਟ ਕੀਤਾ ਹੈ। ਸਟ੍ਰੀਟ ਡਾਂਸਰ 3D ਨੂੰ ਲੈ ਕੇ ਫਿਲਮ ਦੀ ਸਟਾਰ ਕਾਸਟ ਕਾਫੀ ਐਕਸਾਈਟਿਡ ਹੈ। ਇਸ ਫਿਲਮ ਦੇ ਪ੍ਰਮੋਸ਼ਨ ਦੇ ਦੌਰਾਨ ਟਰੈਵਲ ਕਰ ਰਹੇ ਨੋਰਾ ਐਂਡ ਵਰੁਣ ਨੇ ਕੀਤੀ ਆਪਣੀ ਸਨੈਪ ਸਟੋਰੀ ਅਪਡੇਟ। ਦਰਅਸਲ ਇਸ ਸਟੋਰੀ ਦੇ ਵਿੱਚ ਨੋਰਾ ਨੇ ਕੀਤਾ ਵਰੁਣ ਧਵਨ ਨੂੰ ਇਕੋਨਮੀ ਕਲਾਸ ਵਿੱਚ ਸਪੋਟ, ਜਿਸ ਨੂੰ ਵੇਖ ਕੇ ਨੋਰਾ ਦੇ ਨਾਲ ਹੋ ਗਏ ਹਾਂ ਅਸੀਂ ਵੀ ਕਾਫੀ ਹੈਰਾਨ। ਸੋਨਾਕਸ਼ੀ ਸਿਨਹਾ ਨੇ ਇੱਕ ਸੰਡੇ ਮੈਗਜ਼ੀਨ ਲਈ ਫੋਟੋ ਸ਼ੂਟ ਕਰਵਾਇਆ ਤੇ ਇਸ ਫੋਟੋ ਸ਼ੂਟ ਦੇ BTS ਸੋਨਾਕਸ਼ੀ ਨੇ ਆਪਣੀ ਸਨੈਪ ਸਟੋਰੀ ਦੇ ਥਰੂ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤੇ ਨੇ ਤੇ ਸਟੋਰੀ ਵਿੱਚ ਸੋਨਾਕਸ਼ੀ ਕਾਫੀ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋ ਇਹ ਸੀ ਤੁਹਾਡੇ ਫੇਵਰਿਟ ਸੈਲੀਬ੍ਰਿਟੀਜ਼ ਦੀ ਹੈਪਨਿੰਗ ਸਨੈਪ ਸਟੋਰੀਜ਼। ਮਿਲਾਂਗੇ ਸਨੈਪ ਸਟੋਰੀਜ਼ ਦੇ ਅਗਲੇ ਐਪੀਸੋਡ ਦੇ ਵਿੱਚ। ਟਿਲ ਦੈਨ ਟੇਕ ਕੇਅਰ ਐਂਡ ਬਾਏ ਬਾਏ।